शहर सरकारी खंड मिल का पिसाई सीजन आज से शुरू किया गया आज श्री अखंड पाठ साहिब जी के भोग पड़ते उपरांत पिसाई का सीजन 2016 से सतारह की शुरुआत की गई। पंजाब के सभी चीनी मिलों में से सबसे पहले शुरू की जा रही है यह जानकारी देते मिल के चेयरमैन रंजीत सिंह झिंगड़ ने बताया की इसके लिए पिसाई का लक्ष्य छत्तीस लाख क्विंटल का माना गया था प्रति इलाकों में गन्नों की बंपर फसल होने के कारण तकरीबन इकतालीस लाख क्विंटल का बॉन्ड हो चुका है नवा शहर मिल की लगभग छत्तीस लाख क्विंटल गन्ना की समर्थ्या है बाकी के गन्नों को दूसरे मिलों को भेजा जाएगा जिंगर ने कहा कि पिछले सीजन का किसानों का सारा भुगतान हो चुका है किसी भी किसानों का मिल की ओर से बकाया नहीं है इस बार पंजाब सरकार की तरफ से पांच रूपए प्रति क्विंटल गन्नों का रेट बढ़ाया गया है किसानों से अपील की वह बर्ची पर दिखाई गई किस्म का साफ सुथरा जड़ो रहित अपना गन्ना मिल में ले आए इस बार गन्नों का रेट तीन सौ रूपए प्रति क्विंटल तय किया गया चीनी मिल छत्तीस लाख क्विंटल गन्ना की पिसाई करेगी नवाशहर से शिलेश कुमार सबसे फास्ट सामने सामने आज ਨਮਾਜ਼ਰ ਸ਼ੁਗਰ ਮਲਦੀ ਜੋ ਸ਼ੁਰੂਤ ਕੀਤੀ ਗਈ ਆ ਗੁਰੂ ਮਹਾਰਾਜ ਦੇ ਓਟ ਆਸਰਾ ਲੈ ਕੇ ਸ਼੍ਰੀ ਗੰਡਪਾਤ ਸਾਹਿਬ ਜੀ ਦੇ ਭੋਗ ਪਾਉਣ ਤੋਂ ਅਪਰੰਤ ਮਹਿਲ ਨੂੰ ਚਰੌਣ ਦੇ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਚੌਧਰੀ ਨੰਦਰਾਲਾ ਜੀ ਮੁਖ ਸੰਸਦਿਸ ਖਤਰ ਜਿਹੜੇ ਪਹੁੰਚੇ ਸਨ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਅਕਾਲੀ ਲੀਡਰ ਸਾਹਿਬਾਨ ਸਾਰੀਆਂ ਪਾਰਟੀਆਂ ਦੇ ਉਧੇ ਦਾ ਸਹਿਬਾਨ ਸਾਡਾ ਬੋਰਡ ਆਫ ਡਾਇਰੈਕਟਰ ਸਾਰੀ ਮਹਿਲ ਦੇ ਅਫਸਰ ਸਾਹਿਬਾਨ ਜਿਨ੍ਹਾਂ ਨੇ ਸਾਰਿਆਂ ਨੇ ਸਾਂਝੇ ਤੌਰ ਤੇ ਜੁਵਾਦ ਕਰਨਾ ਕੀਤਾ ਗਿਆ ਨਮਾਸ਼ਾਰ ਸ਼ੁਕਰਮਲ ਕੋ ਮੈਲਿਆ ਜਿਹੜੀਆਂ ਪਿਛਲੇ ਸਾਲਾਂ ਵਿੱਚ ਬੜਾ ਨਾਮਣਾ ਖੱਟਣ ਵਾਲੀ ਮੈਲਿਆ ਜਿਹਦੇ ਕੋਲ ਸਾਰਿਆਂ ਪੰਜਾਬ ਦੇ ਮਿਲਾਂ ਨਾਲੋਂ ਜ਼ਿਆਦਾ ਗੰਨਾ ਇਸ ਸਾਲ ਵੀ 41 ਲੱਖ ਟਨ ਜਿਹੜਾ ਗੰਨਾ ਸਾਡੇ ਕੋਲ ਬੌਂਡ ਹੋ ਚੁੱਕਾ ਤਕਰੀਬਨ 36 ਲੱਖ ਤੋਂ ਉੱਪਰ ਪੈਣ ਦੀ ਜਿਹੜੀ ਸਮਰੱਥਾ ਅਸੀਂ ਰੱਖਦੇ ਹਾਂ ਅੱਜ ਜਿਹੜਾ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ ਆ ਉਹਦੇ ਲਈ ਮੈਂ ਸਾਰੇ ਕਿਸਾਨ ਵੀਰਾਂ ਨੂੰ ਸਾਰੇ ਵਰਕਰਾਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਦੀ ਮਿਹਨਤ ਸਦਕਾ ਇਹ ਸੀਜ਼ਨ ਜਿਹੜਾ ਸ਼ੁਰੂ ਕੀਤਾ ਗਿਆ 2016 2017 ਵਾਸਤੇ ਸੋ ਗਵਰਨਮੈਂਟ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਆ ਕਿ ਮਿਲਾਂ ਨੂੰ ਪੈਰੀ ਰੱਖਣ ਵਾਸਤੇ ਜ਼ਿਮੀਦਾਰਾਂ ਦਾ ਬੜੇ ਹਿੱਤ ਜਿਹੜੇ ਫੈਸਲੇ ਪਿਛਲੇ ਸਾਲਾਂ 'ਚ ਲਏ ਨੇ ਬੇਸ਼ੱਕ ਗੰਨੇ ਦੀ ਖੰਡ ਦੀ ਕੀਮਤ ਬਹੁਤ ਘੱਟ ਸੀਗੀ ਖੰਡ ਦੀ ਕੀਮਤ ਘੱਟ ਹੋਣ ਕਾਰਨ ਪਿਛਲੇ ਸਾਲਾਂ ਬਾਅਦ ਬਹੁਤ ਵੱਡਾ ਸਾਨੂੰ ਮਿਲ ਨੂੰ ਘਾਟਾ ਪੈਂਦਾ ਰਿਹਾ ਪਰ ਮਾ ਜੋ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਜੀ ਨੇ ਜ਼ਿਮੀਦਾਰਾਂ ਦਾ ਇੱਕ ਇੱਕ ਪੈਸਾ ਜਿਹੜਾ ਆ ਉਹਨਾਂ ਦੇ ਖਾਤੇ 'ਮੇਰੇ ਭੇਜਿਆ ਪਿਛਲੇ ਸਾਲ ਜੋ ਸਾਡਾ ਸੀਜ਼ਨ ਗਿਆ 28 ਅਗਸਤ ਤੱਕ ਜਿਹੜੀ ਸਾਰੀ ਜਿਹੜੀ ਮਿਲਦੀ ਪੇਮੈਂਟ ਜਿਹ ਕੋਈ ਵੀ ਕਿਸਾਨਾਂ ਦਾ ਕਿਸੇ ਦਾ ਪੈਸਾ ਨਹੀਂ ਦੇਣ ਵਾਲਾ ਬਾਕੀ ਪਿਛਲੇ ਸੀਜ਼ਨਾਂ ਦਾ ਪ੍ਰਾਈਵੇਟ ਮਿਲਾਂ ਦੇ ਬੇਸ਼ੱਕ ਇਹਨਾਂ ਦੇ ਦੁੱਜੇ ਨੂੰ ਲੋਕ ਵੀ ਲੱਗਦੇ ਰਹੇ ਆ ਪਰ ਸਰਕਾਰੀ ਮਿਲ ਦਾ ਬਾਲ ਸਾਹਿਬ ਨੇ ਇੰਨਾ ਫਿਕਰ ਰੱਖਿਆ ਕਿ 3 ਸਾਲਾਂ ਤੋਂ ਲਗਾਤਾਰ ਜਿਹੜੇ ਪੈਸੇ ਦੇ ਕੇ ਜ਼ਿਮੀਂਦਾਰਾਂ ਦੇ ਖਾਤੇ ਮੇਰੇ ਭੇਜੇ ਔਰ ਮਿਲਾਂ ਨੂੰ ਲਗਾਤਾਰ ਚਲਾਉਣ ਵਾਸਤੇ ਜ਼ਿਮੀਂਦਾਰ ਨੂੰ ਵਧੀਆ ਟੰਗਣਾ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਉਹਨਾਂ ਦਾ ਪੂਰਾ ਸਹਿਯੋਗ ਦਿੱਤਾ ਸਾਡੇ ਕੋਲ ਇਸ ਵੇਲੇ ਸਰਕਾਰ ਨੇ ਵੀ 5 ਰੁਪਏ ਜਿਹੜਾ ਗੰਨੇ ਦੇ ਉੱਪਰ ਸੋਰ ਰੇਟ ਵਧਾਇਆ ਸੋ ਜ਼ਿਮੀਂਦਾਰਾਂ ਭਰਾਵਾਂ ਨੂੰ ਹੋਰ ਵੀ ਵੱਡੀ ਆਸ ਸੀ ਸਰਕਾਰ ਤੋਂ ਕਿ ਰੇਟ ਜ਼ ਪਰ 5 ਰੁਪਏ ਗੰਨੇ ਦਾ ਰੇਟ ਵੀ ਜਿਹੜਾ ਬਤਾਇਆ ਗਿਆ ਉਹਦੇ ਵੀ ਧੰਨਵਾਦ ਕਰਦੇ ਆ ਅੱਜ ਜਿਹੜਾ ਗੰਨੇ ਦਾ ਅਰਲੀ ਵੈਰੈਟੀ ਦਾ 300 ਰੁਪਏ ਰੇਟ ਹੋ ਗਿਆ ਜਿਹੜਾ ਮਿੱਡ ਦਾ ਸੀ ਉਹ 10 ਰੁਪਏ ਦੇ ਫਰਕ ਨਾਲ ਰੇਟ ਚੱਲਦਾ ਆ ਤੇ 290 ਰੁਪਏ ਆ ਤੇ ਇਸ ਹੱਬ ਦੇ ਨਾਲ ਜਿਹੜੇ ਸਰਕਾਰ ਨੇ ਰੇਟ ਦਿੱਤੇ ਆ ਪਿਛਲੇ ਸਾਲ ਲਗਭਗ 36 ਲੱਖ ਕੁਆਂਟੀਟੀ ਦਾ ਅਸੀਂ ਗੰਨਾ ਆਪਣਾ ਪੀੜਿਆ ਔਰ ਸਾਡੇ ਕੋ ਗੰਨਾ ਜ਼ਿਆਦਾ ਸੀ ਅਸੀਂ ਬਾਕੀ ਮਰਿੰਡਾ ਨਕੋਦਰ ਮੁੰਡੇਵਾਲ ਨੂੰ ਅਸੀਂ 3 ਲੱਖ 41 ਹਜ਼ਾਰ ਕੁੰਟਲ ਜਿਹੜਾ ਗੰਨਾ ਬਾਹਰ ਉਹਨਾਂ ਮਿਲਾਂ ਨੂੰ ਦਿੱਤਾ ਉਹਨਾਂ ਨੇ ਸਾਡਾ ਗੰਨਾ ਪੀੜਿਆ ਤਾਂ ਜੋ ਜ਼ਿੰਮੇਦਾਰ ਸਮੇਂ ਸਰ ਵਿੱਲਾ ਜਿਹੜਾ ਹੋ ਗਿਆ ਇਹ ਗੰਨਾ ਸਾਡਾ ਦੂਜੀਆਂ ਮਿਲਾਂ ਨੇ ਪੀੜਿਆ ਜਿਹੜਾ ਉਹਨਾਂ ਮਿਲਾਂ ਦਾ ਵੀ ਪੈਸਾ ਜਿਹੜਾ ਜ਼ਿੰਮੇਦਾਰ ਨੂੰ ਇਹ ਸਾਡੀ ਮਿਲ ਵਿੱਚੋਂ ਸਾਰਾ ਪੈਸਾ ਮਿਲਿਆ ਉਹ ਪੈਸਾ ਸਾਰਾ ਜੀਮਾ ਖਾਤੇਆਂ ਜਾਂ ਚੁੱਕਾ ਕੋਈ ਵੀ ਬਕਾਇਆ ਬਾਕੀ ਨਹੀਂ ਹੈ